ਕਰਮਚਾਰੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਤਾਂ ਨੋਟਿਸ ਦੇ 15 ਦਿਨਾਂ ਦੇ ਅੰਦਰ ਜਵਾਬ ਭੇਜਣ ਦੀ ਹਿਦਾਇਤ ਦਿੱਤੀ ਗਈ ਹੈ। ਫਿਜ਼ੀਕਲ ਵੈਰੀਫਿਕੇਸ਼ਨ ਦੇ ਵਿੱਚ 13% ਮਸ਼ੀਨਾਂ ਗਾਇਬ ਨੇ ਔਰ 140 ਕਰੋੜ ਰੁਪਏ ਦੀਆਂ ਮਸ਼ੀਨਾਂ ਨੇ, ਇਹਨਾਂ ਦੀ ਕੀਮਤ 140 ਕਰੋੜ ਰੁਪਏ ਹੈ ਤੇ ਕਿਸਾਨਾਂ ਤੱਕ ਇਹ ਮਸ਼ੀਨਾਂ ਨਹੀਂ ਪਹੁੰਚੀਆਂ। ਜਾਲੀ ਬਿੱਲ ਪੇਸ਼ ਕਰਕੇ ਫੰਡਾਂ ਦੇ ਗਬਨ ਕਰਨ ਦਾ ਸ਼ੱਕ ਹੈ। ਪਿਛਲੀ ਸਰਕਾਰ ਦੇ ਦੌਰਾਨ ਦੱਸੀ ਕਿ ਮਸ਼ੀਨਰੀ ਖਰੀਦ ਦੇ ਵਿੱਚ ਗੜਬੜੀ ਇਹ ਹੋਈ ਹੈ। ਸਾਲ 2018 ਔਰ 19 ਅਤੇ 2021 ਅਤੇ 22 ਦੇ ਦੌਰਾਨ ਮਸ਼ੀਨਾਂ ਜਿਹੜੀਆਂ ਨੇ ਉਹ ਗਬਨ ਹੋਈਆਂ ਨੇ ਔਰ ਕੁੱਲ 90,422 ਮਸ਼ੀਨਾਂ ਕਿਸਾਨਾਂ ਰਜਿਸਟਰਡ ਫਾਰਮ ਗਰੁੱਪਾਂ ਸਹਿਕਾਰੀ ਸਭਾਵਾਂ ਅਤੇ ਪੰਚਾਇਤਾਂ ਨੂੰ ਦਿੱਤੀਆਂ ਗਈਆਂ ਸਨ। ਪੰਜਾਬ ਸਰਕਾਰ ਵੱਲੋਂ ਕਰਵਾਈ ਗਈ ਮਸ਼ੀਨਰੀ ਦੀ ਫਿਜ਼ੀਕਲ ਵੈਰੀਫਿਕੇਸ਼ਨ ਦੇ ਵਿੱਚ 11,275 ਮਸ਼ੀਨਾਂ ਗਾਇਬ ਪਾਈਆਂ ਗਈਆਂ ਨੇ। ਪੰਕਜ ਕਪਾਹੀ ਨੇ ਮੇਰੇ ਸਹਿਯੋਗੀ ਫੋਨ ਲਾਈਨ ਤੇ। ਪੰਕਜ, ਵੱਡਾ ਘੁਟਾਲਾ ਹੈ ਔਰ ਕਾਂਗਰਸ ਦੀ ਸਰਕਾਰ ਉਸ ਵੇਲੇ ਦੀ ਸਵਾਲਾਂ ਦੇ ਘੇਰੇ ਵਿੱਚ ਆ ਗਈ। ਦੇਖੋ, ਸਾਲ 2018-19 ਅਤੇ 2021-22 ਦੇ ਦੌਰਾਨ ਤਕਰੀਬਨ 90,422 ਮਸ਼ੀਨਾਂ ਜਿਹੜੀਆਂ ਨੇ ਉਹ ਦਿੱਤੀਆਂ ਗਈਆਂ ਸੀਗੀਆਂ, ਲੇਕਿਨ ਹੁਣ ਮੌਜੂਦਾ ਸਰਕਾਰ ਨੇ ਜਦੋਂ ਵੈਰੀਫਿਕੇਸ਼ਨ ਕੀਤਾ ਤਾਂ ਤਕਰੀਬਨ ਜਾਣਕਾਰੀ ਮਿਲੀ ਹੈ ਕਿ 11,275 ਮਸ਼ੀਨਾਂ ਗਾਇਬ ਨੇ। ਇਹ ਮਸ਼ੀਨਾਂ ਕਿੱਥੇ ਗਈਆਂ, ਕੀ ਇਹਨਾਂ ਨੂੰ ਵੇਚ ਦਿੱਤਾ ਗਿਆ, ਕੀ ਕਿਸ ਤਰੀਕੇ ਦੇ ਨਾਲ ਹੈ, ਇਸੇ ਵਜ੍ਹਾ ਕਰਕੇ ਨੋਟਿਸ ਜਿਹੜਾ ਵੈ ਉਹ ਇਸ ਮਹਿਕਮੇ ਨਾਲ ਸੰਬੰਧਿਤ ਜਿਹੜੇ ਅਧਿਕਾਰੀ ਨੇ ਉਹਨਾਂ ਨੂੰ ਨੋਟਿਸ ਜਿਹੜਾ ਦੱਸਿਆ ਗਿਆ ਔਰ 15 ਦਿਨਾਂ ਦੇ ਅੰਦਰ ਅੰਦਰ ਜਵਾਬ ਮੰਗਿਆ ਗਿਆ। ਔਰ ਜਿਹੜੀਆਂ ਜ਼ਿਆਦਾਤਰ ਮਸ਼ੀਨਾਂ ਨੇ ਫਰੀਦਕੋਟ, ਬਠਿੰਡਾ, ਮੋਗਾ, ਫਾਜ਼ਿਲਕਾ, ਫਿਰੋਜ਼ਪੁਰ, ਅੰਮ੍ਰਿਤਸਰ ਅਤੇ ਗੁਰਦਾਸਪੁਰ ਦੇ ਵਿੱਚ ਗਾਇਬ ਜਿਹੜੀਆਂ ਨੇ ਉਹ ਦੱਸੀਆਂ ਗਈਆਂ ਨੇ ਕਿ ਇਹ ਇਹਨਾਂ ਡਿਸਟ੍ਰਿਕਟ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੀਆਂ ਗਾਇਬ ਨੇ। ਔਰ ਜਿਹੜੇ ਨੋਟਿਸ ਭੇਜੇ ਗਏ ਨੇ ਉਹ ਜ਼ਿਲ੍ਹੇ ਦੇ ਵਿੱਚ ਤੈਨਾਤ ਸਹਾਇਕ ਸਬ ਇੰਸਪੈਕਟਰ, ਖੇਤੀਬਾੜੀ ਵਿਕਾਸ ਅਫਸਰ ਅਤੇ ਖੇਤੀਬਾੜੀ ਵਿਸਥਾਰ ਅਫਸਰਾਂ ਨੂੰ ਇਹ ਜਿਹੜੇ ਨੋਟਿਸ ਭੇਜੇ ਗਏ ਨੇ ਕਿ ਦੱਸਿਆ ਜਾਵੇ, ਕਿਉਂਕਿ ਵੱਖੋ ਵੱਖ ਥਿਊਰੀ ਜਿਹੜੀ ਉਹ ਸਾਹਮਣੇ ਆ ਰਹੀ ਹੈ। ਇੱਕ ਤਾਂ ਇਹ ਕਿਹਾ ਜਾ ਰਿਹਾ ਕਿ ਇਹਨਾਂ ਮਸ਼ੀਨਾਂ ਦਾ ਜਿਹੜਾ ਸਮਾਂ ਹੁੰਦਾ ਹੈ ਉਹ ਤਕਰੀਬਨ 4-5 ਸਾਲ ਦੀ ਇਸਦੀ ਲਾਈਫ ਹੁੰਦੀ ਹੈ, ਤਾਂ ਕੀ ਉਹ ਕੰਡਮ ਹੋ ਕੇ ਵੇਸਟ ਹੋ ਗਈਆਂ, ਕੀ ਪ੍ਰਾਈਵੇਟ ਇਹਨਾਂ ਨੂੰ ਵੇਚ ਦਿੱਤਾ ਗਿਆ, ਕੀ ਜਿਹੜਾ ਵਾ ਕਿਸਾਨਾਂ ਨੂੰ ਨਹੀਂ ਦਿੱਤੀਆਂ ਗਈਆਂ, ਇਸਦੀ ਹੁਣ ਇੰਕੁਆਇਰੀ ਜਿਹੜੀ ਉਹ ਚੱਲਦੀ ਹੈ। ਔਰ ਇਸੇ ਵਜ੍ਹਾ ਕਰਕੇ ਜਿੱਥੇ ਜਿੱਥੇ ਜਿੰਨੀਆਂ ਮਸ਼ੀਨਾਂ ਗਾਇਬ ਹੋਈਆਂ ਨੇ ਉਹ ਕਿੱਥੇ ਗਈਆਂ, ਕਿਵੇਂ ਗਈਆਂ, ਉਸਦਾ ਨੋਟਿਸ ਜਿਹੜਾ ਵਾ ਉਹ ਇਹਨਾਂ ਅਧਿਕਾਰੀਆਂ ਨੂੰ ਭੇਜਿਆ ਗਿਆ। ਠੀਕ ਹੈ, ਬਹੁਤ ਬਹੁਤ ਸ਼ੁਕਰੀਆ ਪੰਕਜ ਤਮਾਮ ਜਾਣਕਾਰੀ ਲਈ। ਤਾਂ ਜ਼ਿਕਰਯੋਗ ਹੈ ਕਿ ਜ਼ਿਲ੍ਹਾ ਫਰੀਦਕੋਟ, ਬਠਿੰਡਾ, ਮੋਗਾ, ਫਾਜ਼ਿਲਕਾ, ਫਿਰੋਜ਼ਪੁਰ, ਅੰਮ੍ਰਿਤਸਰ ਅਤੇ ਗੁਰਦਾਸਪੁਰ ਦੇ ਵਿੱਚ ਸਭ ਤੋਂ ਵੱਧ ਮਸ਼ੀਨਾਂ ਗਾਇਬ ਪਾਈਆਂ ਗਈਆਂ ਨੇ। ਸਰਕਾਰੀ ਪੜਤਾਲ ਜਿਹੜੀ ਹੈ ਨਵੰਬਰ 2023 ਦੇ ਵਿੱਚ ਮੁਕੰਮਲ ਹੋ ਗਈ ਸੀ। ਬਹੁਤੇ ਅਧਿਕਾਰੀ ਤਾਂ ਹੁਣ ਸੇਵਾ ਮੁਕਤ ਵੀ ਹੋ ਚੁੱਕੇ ਨੇ ਵੀ ਜਾਣਕਾਰੀ ਆ ਰਹੀ ਹੈ। ਚਰਚੇ ਨੇ ਕਿ ਅਫਸਰਾਂ ਤੇ ਸਥਾਨਕ ਆਗੂਆਂ ਦੀ ਮਿਲੀ ਭੁਗਤ ਦੇ ਨਾਲ ਮਸ਼ੀਨਰੀ ਦੇ ਲਈ ਆਈ ਰਾਸ਼ੀ ਹੜਪ ਕੀਤੀ ਗਈ ਸੀ। ਵਿਸ਼ੇਸ਼ ਮੁੱਖ ਸਕੱਤਰ ਖੇਤੀਬਾੜੀ KAP ਸਿਨਹਾ ਦੇ ਅਨੁਸਾਰ ਕੁਝ ਅਫਸਰਾਂ ਨੇ ਤਾਂ ਨੋਟਿਸਾਂ ਦੇ ਜਵਾਬ ਦੇਣੇ ਸ਼ੁਰੂ ਕਰ ਦਿੱਤੇ ਨੇ। ਉਹਨਾਂ ਕਿਹਾ ਕਿ ਅਧਿਕਾਰੀਆਂ ਨੇ ਮਸ਼ੀਨਰੀ ਦੀ ਰੈਗੂਲਰ ਵੈਰੀਫਿਕੇਸ਼ਨ ਨਹੀਂ ਕੀਤੀ, ਜਿਸ ਕਰਕੇ ਅਜਿਹਾ ਹੋਇਆ।